ਤੁਹਾਨੂੰ ਕਰਾਂਗੇ ਸੁਚੇਤ ਹਰ ਇੱਕ ਜੁਰਮ ਤੋਂ ਉੱਠੇਗਾ ਪਰਦਾ ਤੇ ਨਿਕਲੇਗਾ ਸੱਚ ਖਬਰ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜੇ ਮੁਕਤਸਰ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਵੱਖ-ਵੱਖ ਢੰਗ ਤਰੀਕੇ ਅਪਣਾਏ ਜਾ ਰਹੇ ਨੇ ਚਾਹੇ ਆਪਾਂ ਨਾਕਿਆਂ ਦੀ ਗੱਲ ਕਰੀਏ ਔਰ ਜਾਂ ਆਪਾਂ ਗੱਲ ਕਰੀਏ ਕਿ ਜਿਹੜੇ ਚੋਰ ਗਿਰੋਹ ਨੇ ਉਹਨਾਂ ਦੀ ਗਤੀਵਿਧੀਆਂ ਤੇ ਨਜ਼ਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਰੱਖੀ ਜਾ ਰਹੀ ਹੈ ਔਰ ਚੋਰਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਢੰਗ ਤਰੀਕੇ ਅਪਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਲੇਕਿਨ ਇੱਕ ਵੱਡੇ ਚੋਰ ਗਿਰੋਹ ਦਾ ਜਿਹੜਾ ਪਰਦਾਫਾਸ਼ ਪੁਲਿਸ ਵੱਲੋਂ ਕੀਤਾ ਗਿਆ ਹੈ ਕੁਝ ਸਮਾਂ ਪਹਿਲਾਂ ਇੱਕ ਘਰ ਵਿੱਚ ਚੋਰੀ ਹੋਈ ਸੀ ਔਰ ਜਿਸ ਵਿੱਚੋਂ 5 ਤੋਂ 7 ਤੋਲੇ ਸੋਨਾ 1 ਕਿਲੋ ਚਾਂਦੀ ਔਰ 7000 ਰੁਪਏ ਦੇ ਕਰੀਬ ਜਿਹੜੀ ਹੈ ਨਕਦੀ ਔਰ ਹੋਰ ਵੀ ਬੜੀਆਂ ਚੀਜ਼ਾਂ ਗਾਇਬ ਹੋਈਆਂ ਸੀ ਔਰ ਜਿਸ ਦੇ ਚੱਲਦਿਆਂ 2 ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਔਰ ਜੇ ਗੱਲ ਕਰੀਏ ਕਬਾੜੀਆਂ ਦੀ ਤਾਂ ਇਹਨਾਂ ਕਬਾੜੀਆਂ ਨੇ ਮੰਨਿਆ ਹੈ ਕਿ ਇਹਨਾਂ ਤੋਂ ਜਿਹੜੀ ਹੈ ਇਹ ਗਲਤੀ ਹੋਈ ਹੈ ਔਰ ਚੋਰੀ ਉਹਨਾਂ ਵੱਲੋਂ ਕੀਤੀ ਗਈ ਹੈ ਔਰ ਇਹਨਾਂ ਲੋਕਾਂ 'ਤੇ ਪਹਿਲਾਂ ਵੀ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਦਰਜ ਨੇ ਹੁਣੇ ਪੁਲਿਸ ਦੀ ਹਿਰਾਸਤ 'ਚ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਦੇਖਦੇ ਹਾਂ ਇਹ ਖਾਸ ਖਬਰ 7 ਤਾਰੀਖ ਕੋ 25 ਜੁਲਾਈ ਕੋ ਇੱਕ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਮੇਂ ਸਿਟੀ ਮਲੋਰ ਥਾਣੇ ਮੇਂ ਇੱਕ ਚੋਰੀ ਕੀ ਵਾਰਦਾਤ ਹਮੇ ਰਿਪੋਰਟ ਹੋਈ ਥੀ ਜਿਸ ਮੇਂ ਰਿਅਲਾਈਜ਼ ਕੀਆ ਗਿਆ ਥਾ ਕਿ ਕਾਫੀ ਭਾਰੀ ਅਮਾਊਂਟ ਮੇਂ ਬੜੀ ਚੋਰੀ ਹੋਈ ਥੀ ਉਸ ਇਲਾਕੇ ਮੇਂ ਬਹੁਤ ਲੰਬੇ ਸਮੇਂ ਬਾਅਦ ਕੋਈ ਐਸੀ ਬੜੀ ਵਾਰਦਾਤ ਹੋਈ ਥੀ ਇਸ ਘਟਨਾ ਕੇ ਹੋਣੇ ਕੇ ਬਾਅਦ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਤੁਰੰਤ ਐਕਸ਼ਨ ਮੇਂ ਆਈ ਔਰ ਹਮ ਤਬ ਸੇ ਇਨ ਚੋਰੋਂ ਕੇ ਪਿੱਛੇ ਰਹਿ ਗਏ ਔਰ ਇਸ ਮੇਂ ਹਮੇ ਇੱਕ ਬੜੀ ਕਾਮਯਾਬੀ ਹੋਈ ਹੈ ਔਰ ਹਮਨੇ ਚੋਰ ਜਿਸਕਾ ਨਾਮ ਸ਼ੇਰੂ ਹੈ ਉਸੇ ਗ੍ਰਿਫਤਾਰ ਕਰਾ ਹੈ ਉਸਕੀ ਪੁੱਛਗਿਛ ਮੇਂ ਇੱਕ ਕਬਾੜੀਏ ਕਾ ਜ਼ਿਕਰ ਆਇਆ ਜਿਸਨੇ ਯੇ ਚੋਰੀ ਕਾ ਸਾਜੋ ਸਮਾਨ ਖਰੀਦਤਾ ਥਾ ਔਰ ਚੋਰੀ ਕੋ ਅੰਜਾਮ ਵੀ ਦਿਲਵਾਤਾ ਥਾ ਉਸਕੋ ਵੀ ਗ੍ਰਿਫਤਾਰ ਕੀਆ ਹੈ ਔਰ ਇਸ ਪੂਰੇ ਘਟਨਾਕ੍ਰਮ ਮੇਂ ਹਮੇ ਲਗਭਗ 7 ਤੋਲਾ ਸੋਨਾ 66,000 ਕੈਸ਼ 1 ਕਿਲੋ ਚਾਂਦੀ 3 ਮੋਟਰਸਾਈਕਲਸ ਸੋਰੀ 2 ਮੋਟਰਸਾਈਕਲ 3 LCDs ਇਤਿਆਦੀ ਮੇਂ ਰਿਕਵਰ ਹੁਆ ਹੈ ਲਗਭਗ 10 ਲੱਖ ਰੁਪਏ ਤੱਕ ਕਾ ਸਮਾਨ ਹਮਨੇ ਰਿਕਵਰ ਕਰ ਲਿਆ ਹੈ ਇਹ ਚੋਰੀ ਕੀ ਬੜੀ ਘਟਨਾ ਹਮਨੇ ਟਰੇਸ ਕਰ ਲਈ ਹੈ ਕੁਛ ਦਿਨੋਂ ਮੇਂ ਇੱਕ ਹਮਾਰੀ ਬੜੀ ਮੇਜਰ ਅਚੀਵਮੈਂਟ ਹੈ ਜੋ ਵੀ ਪੁੱਛਗਿਛ ਮੇਂ ਆਇਆ ਕਬਾੜੀਆ ਚੋਰੀ ਕਾ ਸਵਾ ਜੋ ਸਮਾਨ ਤੋਂ ਖਰੀਦਤਾ ਹੈ ਤੋ ਇਸਕੀ ਪੁੱਛਗਿਛ ਮੇਂ ਜ਼ਾਹਿਰ ਸੀ ਬਾਤ ਹੈ ਕਿ ਔਰ ਵੀ ਜੋ ਚੋਰ ਹੋਏ ਗਿਰੇ ਹੋ ਇਸਕੇ ਸਾਥ ਟੱਚ ਮੇਂ ਹੋਂਗੇ ਵੋ ਉਨਕਾ ਖੁਲਾਸਾ ਹੋਗਾ ਔਰ ਜ਼ਾਹਿਰ ਸੀ ਬਾਤ ਹੈ ਉਸਸੇ ਹਮਾਰੇ ਵੀ ਔਰ ਦੂਸਰੇ ਡਿਸਟ੍ਰਿਕਟ ਕੇ ਵੀ ਕਿ ਚੋਰੀ ਕੇ ਕੇਸਿਸ ਕੁਛ ਨਿਕਲਨੇ ਚਾਹੀਏ ਜੋ ਇਹ ਬੰਦਾ ਹੈ ਸ਼ੇਰੂ ਇਸੇ ਹਮ ਪੁੱਛਗਿਛ ਕਰ ਰਹੇ ਹੈ ਕਿ ਕਿਆ ਇਸਨੇ ਪਹਿਲੇ ਚੋਰੀਆਂ ਕੀ ਹੈ ਕਿ ਨਹੀਂ ਅਭੀ ਤੋ ਯੇ ਥੋੜ੍ਹਾ ਸਾ ਕੋਪਰੇਟ ਨਹੀਂ ਕਰ ਰਿਹਾ ਤੋ ਵੀ ਕੁਛ ਜ਼ਿਆਦਾ ਬੋਲ ਨਹੀਂ ਰਿਹਾ ਤਾਂ ਹਮ ਇਸੇ ਵੀ ਪੁਲਿਸ ਰਿਮਾਂਡ ਪੇ ਲੈ ਕੇ ਇਸਕੀ ਔਰ ਫਾਈਨਲ ਦੋ ਬੰਦੇ ਕਾਬੂ ਹੋਏ ਬਾਕੀ ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਖਬਰ ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਜ ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਤੇ ਖੁਸ਼ ਹੋ ਜਾਓ ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087
नंबर एक बार फिर तुसी नोट कर सकते हो 9478484087।